ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਸਰਬਜੀਤ ਕੌਰ ਤੇ ਏਕਮ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਵਿਲੇਜ ਫੂਡ ਫੈਕਟਰੀ ਚ, ਜਿਸ ਵਿੱਚ ਅੱਜ ਅਸੀਂ ਬਣਾ ਰਹੇ ਹਾਂ ਸ਼ੇਜ਼ਵਾਨ ਰਾਈਸ। ਅੱਜ ਮੇਰਾ ਕੁਝ ਚਟਪਟਾ ਖਾਣ ਨੂੰ ਜੀ ਕਰਦਾ ਪਿਆ ਹੈ। ਹਾਂ ਠੀਕ ਹੈ, ਰਾਈਸ ਤੇ ਕਾਕਾ ਵੀ ਅੱਜ ਮੇਰੇ ਨਾਲ ਖਾਏਗਾ। ਖਾਓਗੇ ਨਾ ਰਾਈਸ? ਖਾਓਗੇ ਨਾ? ਕਾਕੇ ਨੂੰ ਬਹੁਤ ਯੰਮੀ ਲੱਗਦੇ ਤੇ ਵੇਖਿਓ, ਚਲੋ ਆਓ ਵੇਖੀਏ ਕਿ ਮੈਂ ਰਾਈਸ ਕਿਸ ਤਰ੍ਹਾਂ ਬਣਾਵਾਂਗੀ। 2 ਮਿੰਟ ਵਿੱਚ ਹੋਊਗੀ। 2 ਮਿੰਟ ਵਿੱਚ ਆਪਾਂ ਸ਼ੇਜ਼ਵਾਨ ਰਾਈਸ ਬਣਾ ਕੇ ਤਿਆਰ ਕਰ ਲਾਂਗੇ। ਇਹਦੇ ਵਾਸਤੇ ਸਾਨੂੰ ਚਾਹੀਦਾ ਕੋਈ ਵੀ ਵੈਜੀਟੇਬਲ ਓਇਲ ਲੈ ਸਕਦੇ ਹੋ ਤੇ ਓਇਲ ਨੂੰ ਹੋਣ ਦੇਵਾਂਗੇ ਗਰਮ। ਗਾਰਲਿਕ ਤੇ ਜਿੰਜਰ ਦਾ ਜਿਹੜਾ ਮੈਂ ਪੇਸਟ ਬਣਾਇਆ ਸੀ, 3 ਗਾਰਲਿਕ ਦੀ ਕਲੀਆਂ, 1 ਇੰਚ ਜਿਹੜਾ ਅਦਰਕ ਦਾ ਟੁਕੜਾ ਉਹਨੂੰ ਮੈਂ ਕੱਦੂਕਸ ਕਰ ਲਿਆ। ਬਟ ਮੋਸਟਲੀ ਜਿਹੜਾ ਘਰ ਦਾ ਹੀ ਯੂਜ ਕਰੋ। ਪਤਾ ਨੀ ਕਿਤਰਾ ਕਿਤਰਾ ਦੇ ਹੱਥ ਲੱਗੇ ਹੁੰਦੇ ਨਾ, ਇਸ ਕਰਕੇ। ਹੁਣ ਨਾਲ ਹੀ ਮੈਂ ਪਿਆਜ ਪਾ ਦਾਂਗੀ, 1 ਛੋਟਾ ਪਿਆਜ ਕੱਟਿਆ ਸੀ। ਅੱਧੀ ਕੋਲੀ ਮੈਂ ਬੀਨਸ ਦੀ ਲਈ ਹੈ, 1 ਛੋਟੀ ਗਾਜਰ ਲਈ ਹੈ, 1/2 ਸ਼ਿਮਲਾ ਮਿਰਚ ਹੈ ਤੇ 1 ਕੋਲੀ ਜਿਹੜੀ ਪੱਤਾ ਗੋਭੀ ਹੈ। ਇਹਨਾਂ ਨੂੰ ਆਪਾਂ ਸਾਰੇ ਨੂੰ ਇਕੱਠਿਆਂ ਵਿੱਚ ਪਾ ਦਾਂਗੇ। ਕਿਉਂਕਿ ਸਰਦੀਆਂ ਦਾ ਟਾਈਮ ਹੈ ਤੇ ਜਿਹੜੀ ਸਬਜ਼ੀਆਂ ਨਾ ਈਜ਼ਲੀ ਮਿਲ ਵੀ ਜਾਂਦੀਆਂ ਨੇ ਅਤੇ ਬੱਚਿਆਂ ਨੂੰ ਵੀ ਅੱਛੀਆਂ ਲੱਗਦੀਆਂ। ਜਿਵੇਂ ਆਪਾਂ ਸਿੰਪਲ ਚੀਜ਼ ਦਿੰਦੇ ਵੀ ਜਾਏ, ਉਹਨਾਂ ਨੂੰ ਥੋੜ੍ਹੀ ਵਰਾਇਟੀ ਦੇਈਏ ਅਤੇ ਉਹਨਾਂ ਨੂੰ ਵੀ ਅੱਛੀ ਲੱਗਦੀ ਅਤੇ ਪਰਿਵਾਰ ਦੇ ਹੋਰ ਮੈਂਬਰ ਚੀਜ਼ ਜਿਹੜੇ ਆ, ਜਿਵੇਂ ਗੋਭੀ ਖਾ ਕੇ ਬੋਰ ਹੋ ਗਏ ਨੇ, ਗਾਜਰਾਂ ਖਾ ਕੇ ਬੋਰ ਹੋ ਗਏ ਨੇ, ਅਤੇ ਉਹ ਇੱਕ ਐਕਸਟਰਾ ਮਤਲਬ ਥੋੜ੍ਹਾ ਫਲੇਵਰ ਜਿਹਾ ਮਿਲੇਗਾ ਨਾ ਉਹਨਾਂ ਨੂੰ, ਅਤੇ ਉਹਨਾਂ ਨੂੰ ਵੀ ਅੱਛਾ ਲੱਗੇਗਾ। ਹੁਣ ਇਹਨਾਂ ਨੂੰ ਹਲਕੇ ਹਲਕੇ ਛੋਟੇ ਕਰਨਾ। ਫਲੇਮ ਮੈਂ ਹੁਣ ਫਿਰ ਹਾਈ ਕਰ ਲਈ। ਹੁਣ ਮੈਂ ਬੰਦ ਗੋਭੀ ਪਾ ਦਾਂਗੀ। ਹੁਣ ਇਹਦੇ ਸੋਸ ਪਾ ਦਾਂਗੇ ਆਪਾਂ, ਸ਼ੇਜ਼ਵਾਨ ਸੋਸ 2 ਚਮਚ ਪਾਈਏ ਮੈਂ। ਫਿਰ ਉਸ ਤੋਂ ਬਾਅਦ 2 ਚਮਚ ਹੀ ਮੈਂ ਚਿੱਲੀ ਸੋਸ ਪਾ ਦਾਂਗੀ। ਐਸ ਜਿਹੜੇ ਰਾਈਸ ਨੇ ਨਾ, ਸ਼ੇਜ਼ਵਾਨ ਰਾਈਸ, ਇਹ ਥੋੜ੍ਹੇ ਚਟਪਟੇ ਹੋਣ ਅਤੇ ਤਾਂ ਹੀ ਜ਼ਿਆਦਾ ਟੇਸਟੀ ਲੱਗਦੇ ਨੇ। ਰੈੱਡ ਚਿੱਲੀ ਸੋਸ ਹੈ ਅਤੇ ਹੁਣ ਇਹਦੇ ਵਿੱਚ ਥੋੜ੍ਹਾ ਚਟਪਟਾ ਟੇਸਟ ਦੇਣ ਵਾਸਤੇ ਮੈਂ ਇਹਦੇ ਵਿੱਚ ਟਮੈਟੋ ਸੋਸ ਪਾ ਰਹੀ ਹਾਂ। ਸੋਸ ਪਾਉਣ ਤੋਂ ਬਾਅਦ ਹੁਣ 1 ਚਮਚ ਜਿਹੜਾ ਨਮਕ, 1 ਚਮਚ ਨਮਕ ਪਾ ਦਾਂਗੀ। ਰਾਈਸ ਜਿਹੜੇ ਆ ਉਹ ਠੰਡੇ ਕਰਨੇ ਪੈਂਦੇ, ਇਸ ਕਰਕੇ ਮੈਂ ਰਾਈਸ ਨਾਲ ਨਹੀਂ ਬਣਾਇਆ। ਮੈਂ ਪਹਿਲਾਂ ਤੋਂ 4 ਘੰਟੇ ਪਹਿਲਾਂ ਬਣਾ ਕੇ ਰੱਖੇ ਹੋਏ ਸੀ ਤਾਂ ਕਿ ਠੰਡੇ ਹੋ ਜਾਣ ਅਤੇ ਵਧੀਆ ਤਰ੍ਹਾਂ ਸੈੱਟ ਹੋ ਜਾਣ ਚੌਲ। ਠੀਕ ਹੈ, ਇਹਦੇ ਵਿੱਚ ਤੁਸੀਂ ਰਾਤ ਦੇ ਚੌਲ ਵੀ ਪਾ ਸਕਦੇ ਹੋ। ਹਾਂ ਠੀਕ ਹੈ, ਮੈਂ ਹੱਥ ਨਹੀਂ ਲਾਣਾ। ਮਾਰੋ
सही है जोड़। तेन सही लग गया? सही है चोले कम? सही है? सही है? सही है चोल? कुकरा यम्मी राइस यम्मी। किकी नो हम राइस बन के बिल्कुल तैयार नहीं। हाँ ठीक है राइस। शरारती बच्चा। चलो फ्रेम कर देंगे बाद एक शेजवान राइस मेरे हस्बैंड ने भी बनाया और वीडियो का लिंक भी मैं तुम्हें नीचे दे दूंगी डिस्क्रिप्शन बॉक्स में तो वो भी तुम देख सकते हो। एकम काका खाएगा शेजवान राइस। एकम काका खाएगा शेजवान राइस। सीधा जी आलो फटो ठीक है। मम मिर्ची यम्मी। काका बहुत शरारती हो गया। बहुत जल्दी बन जाते हैं तो टाइम नहीं लगता है तो बाहरों लिया की बजाय ना तुम घर में ही ट्राई करा करो। बहुत ज़्यादा यम्मी बनते हैं क्योंकि घर में ऐसा फ्लेवर मिल सकता बाहरों ऐसा फ्लेवर नहीं मिलेगा। बाय बाय कर दो। बाय बाय लव यू कर लव यू कर देखा।